नमस्कार खबर प्रदेश बुलेटिन च ਤੁਹਾਡਾ ਸਵਾਗਤ ਮੈਂ ਰਜਨੀ ਪਲਾਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਯੁਵਾ ਸ਼ਕਤੀ ਤੈ ਕਰ ਸਕਦੀ ਹੈ ਦੇਸ਼ ਦਾ ਭਵਿਕ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਕਿਹਾ ਕਿ ਭਾਰਤ ਦੁਨੀਆ ਦੇ ਹਿਤਾ ਦੀ ਰਾਖੀ ਵਾਲੀ ਆਲਪਨ ਵਿਵਸਥਾ ਦਾ ਹਾਮੀ ਪੰਜਾਬ ਦੀ ਮੇਜ਼ਬਾਨੀ ਵਿੱਚ ਹੋਈ ਉੱਤਰੀ ਸੂਬਿਆਂ ਦੀ ਜ਼ੋਨਲ ਸਟੈਂਡਿੰਗ ਕਮੇਟੀ ਦੀ ਮੀਟਿੰਗ ਦੇਸ਼ ਭਾਰ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਤੁਮ ਤਾਮਨਾਲ ਲੋੜੀ ਰਾਸ਼ਟਰਪਤੀ ਉਪ ਰਾਸ਼ਟਰਪਤੀ ਨੇ ਦਿੱਤੀਆਂ ਵਧਾਈਆਂ ਪੰਜਾਬ ਸਣੀ ਉੱਤਰੀ ਭਾਰਤ ਵਿੱਚ ਹੱਡ ਚੀਰਵੀਂ ਠੰਡ ਦਾ ਪਰਕੋਪ جاری ਉਨਕਬਰਾ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੁਵਾ ਸ਼ਕਤੀ ਹੀ ਦੇਸ਼ ਦਾ ਪਵਿੱਖ ਤੈ ਕਰ ਸਕਦੀ ਹੈ ਕਰਨਾਟਕ ਦੇ ਹੁਬਲੀ ਵਿੱਚ 26ਵੀਂ ਕੌਮੀ ਯੁਵਾ ਉਤਸਵ ਦਾ ਉਦਘਾਟਨ ਕਰਨ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮ੍ਰਿਤਕਾਲ ਦੇ ਆਉਣ ਵਾਲੇ 25 ਵਰਿਆਂ ਵਿੱਚ ਭਾਰਤ ਇੱਕ ਵਿਕਸਿਤ ਰਾਸ਼ਟਰ ਬਣੇਗਾ ਜਿਸ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੋਵੇਗੀ ਉਨ੍ਹਾਂ ਮੌਜੂਦਾ ਨੌਜਵਾਨ ਪੀੜੀ ਨੂੰ ਵਿਸ਼ੇਸ਼ ਦੱਸਦਿਆਂ ਕਿਹਾ ਹੈ ਕਿ ਆਲਮੀ ਮੰਚ ਤੇ ਭਾਰਤ ਦਾ ਪ੍ਰਭਾਵ ਕਾਹਨ ਕਰਨਾ ਇਸ ਪੀੜੀ ਲਈ ਇੱਕ ਮਿਸ਼ਨ ਹੈ ਪ੍ਰਧਾਨ ਮੰਤਰੀ ਨੇ Swami Vivekananda ਦੇ ਨੌਜਵਾਨਾਂ ਲਈ ਸੁਨੇਹ ਨੂੰ ਯਾਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਸ਼ਾਵਾਦ ਅਤੇ ਅਫਸਰ ਦੇ ਤੌਰ ਵਿੱਚ ਮਜ਼ਬੂਤ ਬੁਨਿਆਦ ਲਈ ਨੌਜਵਾਨ ਪੀੜੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਅਰਥਚਾਰਿਆ ਅਤੇ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਗਏ ਨੇ ਅਤੇ ਦੇਸ਼ ਭਾਰ ਵਿੱਚ ਹੁਨਰ, ਵਿਕਾਸ, ਨਵੀਨਤਾ ਅਤੇ ਤਕਨੀਕ ਨੂੰ ਹਲਾਸ਼ੇਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸਟਾਰਟਅੱਪਸ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਸਰਸ ਪਾਟੇ ਰੱਖਿਆ ਅਤੇ ਹੋਰ ਪ੍ਰਮੁੱਖ ਖੇਤਰਾਂ ਦਾ ਜ਼ਿਕਰ ਕਰਦੇ ਕਿਹਾ ਕਿ ਭਾਰਤ ਆਲਮੀ ਪੱਧਰ ਤੇ ਸੁਰਖੀਆਂ ਬਟੋ ਰਹੀ ਹੈ ਉਹਨਾਂ ਅੱਗੇ ਵਧਦੀ ਰਾਸ਼ਟਰ ਵਿੱਚ ਨਾਰੀ ਸ਼ਕਤੀ ਦੀ ਭੂਮਿਕਾ ਤੇ ਵੀ ਚਾਨਣਾ ਪਾਇਆ ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਸਸ਼ਕਤ ਭਾਰਤ ਲਈ ਇੱਕ ਡੁੱਟ ਯਤਨਾਂ ਦਾ ਸੱਦਾ ਦਿੱਤਾ ਮੈਦ ਤੋਂ ਲੈ ਕੇ ਕੇ ਸਾਇੰਸ ਤੱਕ ਜਦ ਦੁਨੀਆ ਕੇ ਮੰਚੋਂ ਪਰ ਪ੍ਰਤੀਯੋਗਤਾਏ ਹੁੰਤੀ ਹੈ तो भारतीय युवाओं की काबिलियत विश्व को विस्मित कर देती है 21वीं सदी के जिस पड़ाव पर हम भारतीय पहुंचे हैं हमारा भारत पहुंचा है वो उपयुक्त समय सदियों के बाद आया है और इसकी सबसे बड़ी वजह है ਹਾਰਤ ਦਾ ਇਹ ਯੁਵਾ సామਰਥ ਇਸ ਮੌਕੇ ਦੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦਾ ਯੁਵਾ ਮਹੋਤਸਵ ਦੇਸ਼ ਦੀ ਸੰਸਕ੍ਰਿਤੀ ਜਿਗਿਆਸਾ ਮਾ ਪਾਈ ਚਾਰਿਆ ਅਤੇ ਪਗੌਲਿਕ ਖੇਤਰਾਂ ਨੂੰ ਉਜਾਗਰ ਕਰਦਾ ਹੈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਨੌਜਵਾਨਾਂ ਲਈ ਸ਼ੁਰੂ ਕੀਤੀਆਂ ਵੱਖ-ਵੱਖ ਯੋਜਨਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਤੇ ਅਮਲ ਕਰਨ ਦੀ ਅਪੀਲ ਕੀਤੀ अमृत महोत्सव हम मना रहे हैं और प्रधानमंत्री नरेंद्र मोदी जी ने कहा है और युवाओं से विशेष तौर पर कहा है कि अमृत काल में हमें देश के निर्माण में युवाओं की महत्वपूर्ण भूमिका होनी चाहिए लाल किले की प्राचीर से पंच प्रण उसकी भी प्रधानमंत्री मोदी जी ने बात कही कि भारत को विकसित बनाना है उसके लिए संकल्प लेना है अपने गौरवशाली इतिहास पर गर्व करना है गुलामी की मानसिकता से बाहर निकलना है एक तो और एक जुटता के लिए कटिबद्ध रहना है अपने कर्तव्य पालन की भूमिका आपको भी निभाना है तभी तो अमृत काल में स्वर्णिम काल की ओर भी हम जाने का काम करेंगे और युवाओं के भागीदारी के साथ ही होगा ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਨੀਆ ਦੇ ਸਭ ਤੋਂ ਲੰਬੇ ਰਿਵਰ ਕਰੂਜ਼ ਐਮ ਵੀ ਗੰਗਾ ਵਿਲਾਸ ਨੂੰ ਵੀਡੀਓ ਕਾਨਫਰੰਸ ਰਾਹੀਂ ਵਾਰਾਨਸੀ ਤੋਂ ਰਵਾਨਾ ਕਰਨਗੇ ਇਸ ਮੌਕੇ ਉਹ ਟੈਂਟ ਸਿਟੀ 1000 ਕਰੋੜ ਤੋਂ ਵੱਧ ਦੇ ਕਈ ਅੰਤਰਦੇਸ਼ੀ ਜਲ ਮਾਰਕ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀ ਪੱਥਰ ਰੱਖਣਗੇ ਗੰਗਾ ਵਿਲਾਸ ਕਰੂਜ਼ ਵਾਰਾਨਸੀ ਤੋਂ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਬਾਅਦ 51 ਦਿਨਾਂ ਵਿੱਚ ਲਗਭਗ 3200 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬੰਗਲਾਦੇਸ਼ ਰਾਹੀਂ ਅਸਾਮ ਦੇ ਡਿਬ੍ਰੂਗੜ੍ਹ ਪਹੁੰਚਣਗੇ ਇਸ ਦੌਰਾਨ ਇਹ ਜਹਾਜ਼ ਭਾਰਤ ਅਤੇ ਬੰਗਲਾਦੇਸ਼ ਵਿਚ 27 ਨਦੀਆਂ ਵਿੱਚੋਂ ਲੰਘੇਗਾ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਕਿਹਾ ਕਿ ਭਾਰਤਿਕਾ ਜੇਹੀ ਆਲਮੀ ਵਿਵਸਥਾ ਦਾ ਹਾਮੀ ਹੈ ਜਿਹੜੀ ਦੁਨੀਆ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖੇ ਵਾਇਸ ਆਫ ਗਲੋਬਲ ਸਾਊਥ ਸਮਿਟ ਵਿੱਚ ਵਿਦੇਸ਼ ਮੰਤਰੀਆਂ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਡਾਕਟਰ ਜੈ ਸ਼ੰਕਰ ਨੇ ਕਿਹਾ ਕਿ ਕੋਵਿਡ ਖੁਰਾਕ ਅਤੇ ਊਰਜਾ ਸੁਰੱਖਿਆ ਜਹੇ ਸੰਕਟਾਂ ਦੀ ਹੱਲ ਲਈ ਜੋ ਤੌਰ ਤਰੀਕੇ ਲੱਭੇ ਜਾ ਰਹੇ ਨਹੀਂ ਉਹਨਾਂ ਵਿੱਚ ਅਲਪ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਲੋੜਾਂ ਇਤਿਹਾਸਾਂ ਨੂੰ ਟਕਵਾ ਮਹੱਤਵ ਨਹੀਂ ਦਿੱਤਾ ਜਾ ਰਿਹਾ ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਨਾਲ ਇੱਕ ਜੁੜੀ ਹੋਈ ਦੁਨੀਆ ਦਾ ਵਾਅਦਾ ਕੀਤਾ ਗਿਆ ਸੀ ਉਹ ਅੱਜ ਵੰਡੀ ਹੋਈ ਦੁਨੀਆ ਦੇਖਣ ਨੂੰ ਮਜਬੂਰ ਨੇ ਵਿਦੇਸ਼ ਮੰਤਰੀ ਨੇ ਕਿਹਾ ਕਿ ਸਮਾਜਿਕ ਕਤੇ ਸੇਤ ਲੋੜਾਂ ਦੇ ਪ੍ਰਤੀ ਗੈਰ ਸੰਵੇਦਨਸ਼ੀਲਤਾ ਤੇ ਪੇਤਪਾਵ ਵਾਲਾ ਰਵਈਆ ਅਪਣਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਲੜੀ ਵਿੱਚ ਭਾਰਤ ਵਿਸ਼ਵੀਕਰਨ ਦੇ ਜੋਖਮ ਨੂੰ ਘਟ ਕਰਨ ਦੀ ਦਿਸ਼ਾ ਵਿੱਚ ਕੰਮ ਕਰੇਗਾ ਤੇ ਵੱਤ ਤੋਂ ਵੱਧ ਮਿਲਕਾਂ ਨੂੰ ਮੌਕਾ ਪ੍ਰਦਾਨ ਕਰੇਗਾ ਆਪਣੇ ਸੰਬੋਧਨ ਵਿੱਚ ਵਿਦੇਸ਼ ਮੰਤਰੀ ਨੇ 78 ਦੇਸ਼ਾਂ ਵਿੱਚ ਚੱਲ ਰਹੇ ਭਾਰਤ ਦੇ ਵਿਕਾਸ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ ਪੰਜਾਬ ਦੀ ਮੇਜ਼ਬਾਨੀ ਵਿੱਚ ਦੇਸ਼ ਦੇ ਉਤਰੀ ਸੂਬਿਆਂ ਦੇ ਅੰਤਰਰਾਜੀ ਮਾਮਲਿਆਂ ਸੰਬੰਧੀ ਉਤਰੀ ਜ਼ੋਨਲ ਸਟੈਂਡਿੰਗ ਕਮੇਟੀ ਦੀ 20ਵੀਂ ਬੈਠਕ ਐਸ ਏ ਐਸ ਨਗਰ ਵਿਖੇ ਕਰਵਾਈ ਗਈ ਇਸ ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰਾਲਾ ਦੀ ਅੰਤਰ ਸੂਬਾਈ ਪਰਿਸ਼ਦ ਸਕੱਤਰ ਦੇ ਅਧਿਕਾਰੀਆਂ ਤੋਂ ਇਲਾਵਾ ਮੇਜ਼ਬਾਨ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੇ ਮੁਖ ਸਕੱਤਰਾਂ ਜੰਮੂ ਕਸ਼ਮੀਰ ਅਤੇ ਲਦਾਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁਖ ਸਕੱਤਰਾਂ ਅਤੇ ਚੰਡੀਗੜ੍ਹ ਦੇ ਸਲਾਹਕਾਰ ਵੱਲੋਂ ਮੀਟਿੰਗ ਵਿੱਚ ਸ਼ਿਰਕਤ ਕੀਤੀ ਗਈ। ਪੰਜਾਬ ਦੇ ਅਧਿਕਾਰੀਆਂ ਨੇ ਦਰਿਆਈ ਪਾਣੀਆਂ ਚੰਡੀਗੜ੍ਹ ਉੱਪਰ ਪੰਜਾਬ ਦੇ ਹੱਕ ਮੋਹਾਲੀ ਹਵਾਈ ਅੱਡੇ ਤੋਂ ਕੁਮਾਂਤਰੀ ਉਡਾਨਾਂ ਵਧਾਉਣ ਕੁਮਾਂਤਰੀ ਸਰਹੱਦ ਮਜ਼ਬੂਤ ਕਰਨ ਅਤੇ ਜ਼ਮੀਨ ਖਰੀਦਨ ਸੰਬੰਧੀ ਇਕਸਾਰ ਨੀਤੀ ਸਣੇ ਕਈ ਮੁੱਦੇ ਚੁਕੇ। ਸੂਬੇ ਦੇ ਮੁਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਸਹਿਕਾਰੀ ਸੰਗਵਾਤ ਤੇ ਜ਼ੋਰ ਦੇਂਦਿਆਂ ਅੰਤਰ ਸੂਬਾਈ ਮਾਮਲਿਆਂ ਨੂੰ ਝੁੱਕਣਾ ਤੇ ਇਸ ਦੇ ਹੱਲ ਲਈ ਬੈਠਕ ਦੀ ਭੂਮਿਕਾ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਣੀ ਦੀ ਕਟ ਹੈ ਅਤੇ ਕਿਸੇ ਹੋਰ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਮੁਖ ਸਕੱਤਰ ਨੇ ਚੰਡੀਗੜ੍ਹ ਅਤੇ ਹੋਰ ਕਈ ਮੁੱਦਿਆਂ ਦਾ ਜ਼ਿਕਰ ਕਰਦਿਆਂ ਇਹਨਾਂ ਦੇ ਲਾਜ਼ਮੀ ਹੱਲ ਤੇ ਜ਼ੋਰ ਦਿੱਤਾ। ਜਲ ਸਰੋਤ ਵਿਭਾਗ ਦੇ ਪ੍ਰਮੁਖ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਵਿਦਿਕ ਮੁਖ ਸਕੱਤਰ ਗ੍ਰਹਿ ਅਨੁਰਾਗ ਵਰਮਾ ਨੇ ਵੀ ਮੀਟਿੰਗ ਵਿੱਚ ਪੰਜਾਬ ਦਾ ਪੱਖ ਰੱਖਿਆ। ਸਰਵ ਭਾਰਤੀ ਵਿਧਾਨਕ ਸੰਸਥਾਵਾਂ ਦੇ ਪ੍ਰੈਜ਼ਾਇਡਿੰਗ ਅਵਸਰਾਂ ਦੀ 83ਵੀਂ ਕਾਨਫਰੰਸ ਕੱਲ ਜੈਪੁਰ ਵਿੱਚ ਸਮਾਪਤ ਹੋਈ ਇਸ ਦੋ ਦਿਨਾਂ ਕਾਨਫਰੰਸ ਵਿੱਚ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੇ ਵਿਧਾਨ ਪਰਿਸ਼ਦ ਦੇ ਸਪੀਕਰਾਂ ਡਿਪਟੀ ਸਪੀਕਰਾਂ ਅਤੇ ਚੇਅਰਮੈਨਾਂ ਨੇ ਭਾਗ ਲਿਆ ਪੰਜਾਬ ਦੀ ਤਰਫੋਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੁਲਤਾਰ ਸਿੰਘ ਸੰਧਵਾ ਨੇ ਵਿਧਾਨਕ ਕਮੇਟੀਆਂ ਨੂੰ ਹੋਰ ਮਜ਼ਬੂਤ ਬਣਾਉਣ ਤੇ ਜ਼ੋਰ ਦਿੱਤਾ ਉਹਨਾਂ ਨੇ ਕਿ ਅਜਿਹਾ ਕਰਨ ਨਾਲ ਲੋਕ ਹਿੱਤ ਵਿੱਚ ਦੇਸ਼ ਤੇ ਵਿਕਾਸ ਦਾ ਰਾਹ ਪਧਰਾ ਹੋਵੇਗਾ। ਉਨ੍ਹਾਂ ਸਰਕਾਰ ਦੇ ਅੰਗ ਕਾਰਜਪਾਲਿਕਾ ਨੂੰ ਵਿਧਾਨਪਾਲਿਕਾ ਪ੍ਰਤੀ ਹੋਰ ਜਵਾਬਦੇਹ ਬਣਾਉਣ ਲਈ ਵੀ ਆਖਿਆ। ਸਪੀਕਰ ਨੇ ਲੋਕਤੰਤਰ ਦੀ ਮਜ਼ਬੂਤੀ ਲਈ ਲੋਕਾਂ ਨੂੰ ਦਰਪੇਸ਼ ਮੁੱਦਿਆਂ ਤੇ ਵਿਚਾਰ ਚਰਚਾ ਦੇ ਮਹੱਤਵ ਤੇ ਵੀ ਚੰਨਣਾ ਪਾਇਆ। ਪੰਜਾਬ ਸਣੇ ਸਮੂੱਚ ਦੇਸ਼ ਵਿੱਚ ਅੱਜ ਲੋੜੀ ਦਾ ਤਿਉਹਾਰ ਤੁਮਤਾਮ ਨਾਲ ਮਨਾਇਆ ਜਾ ਰਿਹਾ ਹੈ ਉਤਰੀ ਪਾਰਤ ਵਿੱਚ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ ਜਦਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਵਕ-ਵਕ ਨਾਵਾਂ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ ਰਿਵਾਇਤੀ ਤੌਰ ਤੇ ਲੋੜੀ ਦਾ ਤਿਉਹਾਰ ਵੱਡੇ ਦਿਨਾਂ ਦੀ ਸ਼ੁਰੂਆਤ ਨੂੰ ਜੀ ਆਇਆਂ ਆਖਦਾ ਹੈ ਧਰਤੀ ਦੇ ਉਤਰੀ ਗੋਲਾ ਅਰਧ ਵਿੱਚ ਅੱਜ ਸਾਲ ਦਾ ਸਭ ਤੋਂ ਛੋਟਾ ਦਿਨ ਹੈ ਅਤੇ ਰਾਤ ਸਭ ਤੋਂ ਵੱਡੀ ਹੋਵੇਗੀ ਪੰਜਾਬ ਵਿੱਚ ਲੋੜੀ ਦਾ ਤਿਉਹਾਰ ਬੜੇ ਚਾਅ ਅਤੇ ਮਲਾਰਾ ਨਾਲ ਮਨਾਇਆ ਜਾਂਦਾ ਹੈ ਪੰਜਾਬ ਵਿੱਚ ਧੀਆ ਪੁੱਤਾਂ ਦੀ ਪਹਿਲੀ ਲੋੜੀ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦੀ ਹੈ ਸੂਬੇ ਵਿੱਚ ਪਿਛਲੇ ਕਈ ਦਿਨਾਂ ਤੋਂ ਧੀਆ ਦੀ ਲੋੜੀ ਸੰਬੰਧੀ ਕਈ ਪ੍ਰੋਗਰਾਮ ਕਰਵਾਏ ਗਏ ਨੇ ਅਤੇ ਅੱਜ ਵੀ ਕਰਵਾਏ ਜਾ ਰਹੇ ਨੇ ਲੋੜੀ ਮੌਕੇ ਸ਼ਾਮ ਨੂੰ ਲੋਕੀ ਪੁਗਾ ਬਾਲ ਕੇ ਇਛਾ ਔਣ ਅਤੇ ਦਿਲਿੱਦਰ ਜਾਣ ਦੀ ਕਾਮਨਾ ਕਰਦੇ ਨੇ ਅੱਜ ਦੇ ਦਿਨ ਬਾਜ਼ਾਰਾਂ ਵਿੱਚ ਵੀ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਉਪਰਾਸ਼ਟਰਪਤੀ ਜਗਦੀਪ ਤਨਖੜ ਨੇ ਦੇਸ਼ ਵਾਸੀਆਂ ਨੂੰ ਲੋਹੜੀ ਮਕਰ ਸੰਕ੍ਰਾਂਤੀ ਮਾਗ ਬੀਹੂ ਅਤੇ ਪੋਗਲ ਦੀ ਵਧਾਈ ਦਿੱਤੀ ਹੈ। ਰਾਸ਼ਟਰਪਤੀ ਨੇ ਆਪਣੇ ਵਧਾਈ ਸੁਨੇਹੇ ਵਿੱਚ ਕਿਹਾ ਕਿ ਇਹ ਤਿਉਹਾਰ ਭਾਰਤ ਦੀ ਅਨੇਕਤਾ ਵਿੱਚ ਇਕਤਾ ਦਾ ਪ੍ਰਤੀਕ ਹੈ ਅਤੇ ਭਾਰਤੀ ਸੱਭਿਆਚਾਰ ਦਾ ਵਾਹਕ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਇਹ ਤਿਉਹਾਰ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਆਪੋ ਆਪਣੇ ਢੰਗ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਪਰ ਇਸ ਦਾ মূল ਉਦੇਸ਼ ਸਮਾਜਿਕ ਸਦਭਾਵਨਾ ਅਤੇ ਪਾਈਚਾਰੇ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਾਮਨਾ ਕੀਤੀ ਹੈ ਕਿ ਸਾਰੇ ਤਿਉਹਾਰ ਭਾਰਤ ਦੇ ਵੱਖ-ਵੱਖ ਪਾਈਚਾਰਿਆਂ ਨੂੰ ਪ੍ਰੇਮ ਪਾਵਨਾ ਅਤੇ ਸ੍ਰੀ ਦੇਵੰਦਨ ਵਿੱਚ ਬੰਧਨ ਅਤੇ ਸਾਰਿਆਂ ਲਈ ਖੁਸ਼ਹਾਲੀ ਲੈ ਕੇ ਆਉਣ। ਉਪਰਾਸ਼ਟਪਤੀ ਜਗਦੀਪ ਤਨਖੜਨੀ ਵਧਾਈ ਸੁਨੇਹੇ ਵਿੱਚ ਕਿਹਾ ਹੈ ਕਿ ਭਾਰਤ ਦੇ ਵਿਪਿਨ ਹਿੱਸਿਆਂ ਵਿੱਚ ਵਕ ਵਕ ਨਾਵਾਂ ਨਾਲ ਪਛਾਣੀ ਜਾਣ ਵਾਲੇ ਇਹ ਤਿਉਹਾਰ ਸਾਡੀ ਅਮੀਰ ਸੱਭਿਆਚਾਰਕ ਅਨਿਕਤਾ ਵਿੱਚ ਇੱਕਤਾ ਦਾ ਪ੍ਰਤੀਕ ਨੇ। ਉਹਨਾਂ ਕਾਮਨਾ ਕੀਤੀ ਹੈ ਕਿ ਇਹ ਤਿਉਹਾਰ ਨਾਗਰਿਕਾਂ ਲਈ ਖੁਸ਼ਹਾਲੀ, ਸ਼ਾਂਤੀ ਅਤੇ ਖੁਸ਼ੀਆਂ ਲੈ ਕੇ ਆਉਣ। ਭਾਰਤੀ ਜਨਤਾ ਪਾਰਟੀ ਦੇ ਜਰਨਲਸ ਕਰਤਰ ਤਰੁਣ ਚੁਗਨੀ ਪਵਿੱਤਰ ਤਿਉਹਾਰ ਲੋੜੀ ਦੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੀ ਰੰਗ ਬਰੰਗੀ ਸੰਸਕ੍ਰਿਤੀ ਦੀ ਪਛਾਣ ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਅਤੇ ਦੇਸ਼ ਵਿੱਚ ਚਾਰੇ ਪਾਸੇ ਸੁਖ ਸਮ੍ਰiddhi ਅਤੇ ਸ਼ਾਂਤੀ ਦੀ ਸੁਗਾਤ ਲੈ ਕੇ ਆਉਂ। ਇਸ ਮੌਕੇ ਉਨ੍ਹਾਂ ਪਾਸ ਪਾਰਕਾ ਕਾਰਜਕਰਤਾਵਾਂ ਨਾਲ ਮਿਲ ਕੇ ਲੋੜੀ ਮਨਾਈ। ਹੋਰੇ ਦੇਸ਼ ਦੇ ਅੰਦਰ ਲੋੜੀ ਮਾ ਪੋਂਗਲ ਕੇ ਰੂਪ ਵਿੱਚ ਕਈ ਮਕਰ ਸੰkranਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। मैं पूरे देशवासियों को लोहड़ी की बहुत बहुत बधाई ये लोहड़ी जहाँ हम सबको गरमाइश देती है वहीं दूल्हा भट्टी वाले जैसे कर्मयोगी की याद दिलाती है ये मकर संक्रांति की याद दिलाती है ये सूर्य के उत्तरायण में आने की याद दिलाती है ये लोड़ी हम सब के लिए फलदायी हो ਸੂਚਨਾ ਤੇ ਪ੍ਰਚਾਰ ਮੰਤਰਾਲਾ ਦੇ ਪੱਤਰ ਸੂਚਨਾ ਦਫ਼ਤਰ ਚੰਡੀਗੜ੍ਹ ਵੱਲੋਂ ਮਲੇਰਕੋਟਲਾ ਵਿੱਚ ਪੱਤਰਕਾਰਾਂ ਲਈ ਮਿਲਟਸ ਯਾਨੀ ਮੋٹے ਅਨਾਜ ਨਾਲ ਬਣੇ ਵੱਖ-ਵੱਖ ਪਕਵਾਨਾਂ ਦੇ ਖਾਣੇ ਅਤੇ ਇੱਕ মিডিਆ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਪੀ ਆਈ ਬੀ ਚੰਡੀਗੜ੍ਹ ਦੇ ਏ ਡੀ ਜੀ ਰਜਿੰਦਰ ਚਾਦਰੀ ਨੇ ਕਿਹਾ ਹੈ ਕਿ ਮੀਡੀਆ ਸਰਕਾਰ ਲਈ ਅੱਖਾਂ ਅਤੇ ਕੰਨਾਂ ਦਾ ਕੰਮ ਕਰਦਾ ਹੈ ਜਿਸ ਦੀ ਫੀਡਬੈਕ ਮੌਜੂਦਾ ਸਕੀਮਾਂ ਤੇ ਨੀਤੀਆਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ ਉਹਨਾਂ ਨੇ ਪੀ ਆਈ ਬੀ ਤੱਤ ਜਾਂਚ ਬਾਰੇ ਕਿਹਾ ਕਿ ਇਹ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੇ ਪੀ ਆਈ ਬੀ ਅਤੇ ਹੋਰ ਸਹਿਯੋਗੀ ਮੀਡੀਆ ਯੂਨਿਟਾਂ ਦੇ ਕੰਮਕਾਜ ਬਾਰੇ ਵਿਸਤ੍ਰਿਤ ਜਾਣਕਾਰੀ ਦੇਣ ਅਤੇ ਝਾਲੀ ਖਬਰਾਂ ਨੂੰ ਨਕਾਰਨ ਵਿੱਚ ਮਦਦ ਕਰ ਸਕਦੀ ਹੈ। ਸੋਸ਼ਲ ਮੀਡੀਆ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਹੁਣ ਸੂਚਨਾ ਦੇ ਪ੍ਰਸਾਰ ਲਈ ਇੱਕ ਬਹੁਤ ਸ਼ਕਤੀਸ਼ਾਲੀ ਸਾਧਨ ਬਣ ਗਿਆ ਹੈ। ਇਸ ਮੌਕੇ ਤੇ ਸਹਾਇਕ ਕਮਿਸ਼ਨਰ ਗੁਰਮੀਤ ਬਾਂਸਲ ਨੇ ਵੀ ਜਾਣਕਾਰੀ ਦੇ ਪ੍ਰਸਾਰਣ ਵਿੱਚ ਮੀਡੀਆ ਦੀ ਭੂਮਿਕਾ ਨੂੰ ਸਰਵਉੱਚ ਦੱਸਿਆ। ਸਿੱਖਿਆ ਵਿਭਾਗ ਤੋਂ ਨਿਕਲੇਸ਼ ਜੈਨ ਨੇ ਵੀ ਨਵੀਂ ਸਿੱਖਿਆ ਨੀਤੀ ਬਾਰੇ ਅਤੇ ਇੱਕ ਸਫਲ ਕਿਸਾਨ ਰਸਪਿੰਦਰ ਸਿੰਘ ਨੇ ਬਾਜਰੇ ਦੀ ਕਾਸ਼ਤਕਾਰੀ ਬਾਰੇ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ ਇਸ ਤੋਂ ਇਲਾਵਾ ਐਸ ਐਮ ਓ ਡਾਕਟਰ ਜਗਜੀਤ ਸਿੰਘ ਨੇ ਵੀ ਭਾਰਤ ਸਰਕਾਰ ਦੀਆਂ ਵਕਫ ਵਕਸੇਤ ਸਕੀਮਾਂ ਬਾਰੇ ਚਾਨਣਾ ਪਾਇਆ ਸਾਡੇ ਰੋਜ਼ਾਨਾ ਜੀਵਨ ਵਿੱਚ ਮੋਟੇ ਅਨਾਜ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸਾਲ 2023 ਨੂੰ ਮਿਲਟਸ ਦੇ ਅੰਤਰਰਾਸ਼ਟਰੀ ਵਿਰੇਵਜ ਨੂੰ ਮਨਾਉਣ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਵੱਜੋਂ ਪੀ ਆਈ ਬੀ ਨੇ ਇਸ ਹਾਰਤਾ ਲਾਪ ਦੌਰਾਨ ਪੱਤਰਕਾਰਾਂ ਲਈ ਕੋਧਰੇ ਦੀ ਪੂਰੀ ਅਤੇ ਕੋਧਰੇ ਦੇ ਹਲਵੇ ਦਾ ਪ੍ਰਬੰਧ ਕੀਤਾ। ਪੰਜਾਬ ਸਰਕਾਰ ਵੱਲੋਂ ਇਸ ਵਾਰ ਫਰਵਰੀ ਮਹੀਨੇ ਦੌਰਾਨ ਪਹਿਲਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਐਸ ਏ ਐਸ ਨਗਰ ਦੇ ਪੁੱਡਾ ਪਵਨ ਵਿਖੇ ਕਸ਼ਮੀਖਾ ਮੀਟਿੰਗ ਦੌਰਾਨ ਸੂਬੇ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸੰਬੰਧਤ ਅਧਿਕਾਰੀਆਂ ਨੂੰ ਸੰਮੇਲਨ ਸਫਲ ਬਣਾਉਣ ਲਈ ਸਮੇਂ ਸਿਰ ਸਾਰੇ ਬੰਦੋਬਸਤ ਕਰਨ ਦੇ ਨਿਰਦੇਸ਼ ਦਿੱਤੇ ਇਸ ਸੰਮੇਲਨ ਦੇ ਮੱਦੇਨਜ਼ਰ ਐਸ ਏ ਐਸ ਨਗਰ ਦੇ ਸੁੰਦਰੀਕਰਨ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਰਫਤਾਰ ਤੇਜ਼ ਕਰਨ ਦੀ ਹਦਾਇਤ ਕੀਤੀ ਗਈ ਅਮਨ अरोड़ा ਨੇ ਤੀ ਤੋ 31 ਜਨਵਰੀ ਤੱਕ ਹੋਣ ਵਾਲੀ ਜੀ20 ਬੈਠਕ ਲਈ ਸਾਰੇ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਕੇਂਦਰ ਸਰਕਾਰ ਨੇ ਦੇਸ਼ ਦੇ 652 ਜ਼ਿਲ੍ਹਿਆਂ ਵਿੱਚ ਨਵੇਂ ਜਨ ਔਸ਼ਦੀ ਕੇਂਦਰ ਖੋਲਣ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਨੇ ਪ੍ਰਧਾਨ ਮੰਤਰੀ 파ਰਤੀ ਜਨ ਔਸ਼ਦੀ ਯੋਜਨਾ ਤਹਿਤ ਕਿਫਾਇਤੀ ਕੀਮਤਾਂ ਤੇ ਗੁਣਵਤਾ ਭਰਪੂਰ ਜੈਨਰਿਕ ਦਵਾਈਆਂ ਉਪਲਬਧ ਕਰਵਾਈਆਂ ਚਾਹੁੰਦੀਆਂ ਨੇ ਦੇਸ਼ ਵਿੱਚ ਮੌਜੂਦਾ ਸਮੇਂ 9000 ਤੋਂ ਬਦੇਰੇ ਜਨ ਔਸ਼ਦੀ ਕੇਂਦਰ ਨੇ ਰਸਾਇਣਿਕ ਅਤੇ ਫਰਟੀਲਾਈਜ਼ਰ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਸਰਕਾਰ ਨੇ ਅਗਲੇ ਬਰੇ ਮਾਰਚ ਮਹੀਨੇ ਤੱਕ ਜਨ ਔਸ਼ਦੀ ਕੇਂਦਰਾ ਦੀ ਗਿਣਤੀ 10000 ਕਰਨ ਦਾ ਟੀਚਾ ਮਿਥਿਆ ਹੈ ਇਸ ਯੋਜਨਾ ਵਿੱਚ 1759 ਦਵਾਈਆਂ ਅਤੇ 280 ਮੈਡੀਕਲ ਉਪਕਰਨ ਸ਼ਾਮਲ ਕੀਤੇ ਗਏ ਨੇ ਮੰਤਰਾਲਾ ਨੇ ਦੱਸਿਆ ਹੈ ਕਿ ਇਹ ਯੋਜਨਾ ਸਵੈ ਰੁਜ਼ਗਾਰ ਦਾ ਮੌਕਾ ਵੀ ਪ੍ਰਦਾਨ ਕਰਦੀ ਹੈ ਜਨ ਔਸ਼ਦੀ ਕੇਂਦਰਾ ਨੂੰ مالی ਸਹਾਇਤਾ ਦੇ ਰੂਪ ਵਿੱਚ 5 ਲੱਖ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਵੀ ਪ੍ਰਦਾਨ ਕੀਤੀ ਜਾਂਦੀ ਹੈ ਪਿਛੜੇ ਖੇਤਰਾਂ ਵਿੱਚ ਜਨ ਔਸ਼ਦੀ ਕੇਂਦਰ ਖੋਲਣ ਦੀ 2 ਲੱਖ ਰੁਪਏ ਦੀ ਇੱਕ ਮੁਸ਼ਤ ਵਾਧੂ ਪ੍ਰोत्ਸਾਹਨ ਰਾਸ਼ੀ ਦਿੱਤੀ ਜਾਂਦੀ ਹੈ। ਸੰਗਰੂਰ ਜ਼ਿਲ੍ਹੇ ਦੀ ਸੁਨਾਮ ਤਹਿਸੀਲ ਦੇ ਪਿੰਡ ਚੱਠਾ ਨਨਹੇੜਾ ਨੇੜੇ ਹੋਏ ਇੱਕ ਸੜਕਾਤ ਸੇ ਵਿੱਚ 5 ਜਣਿਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਇੱਕ ਕਾਰ ਬੇਕਾਬੂ ਹੋ ਕੇ ਨਹਿਰੀ ਪਾਣੀ ਵੱਲ ਹੌਂਦੀ ਵਿੱਚ ਜਾਵਤ ਜੀ ਹਾਦਸਾ ਇੰਨਾ ਦਰਦਨਾਕ ਸੀ ਕਿ ਕਾਰ ਸਵਾਰਾਂ ਵਿੱਚੋਂ 5 ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਚਾਹ ਦੀ ਇੱਕ ਮਹਿਲਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਪਟਿਆਲਾ ਰੈਫਰ ਕੀਤਾ ਗਿਆ ਹੈ ਪੁਲਿਸ ਮੁਤਾਬਕ ਮ੍ਰਿਤਕਾਂ ਵਿੱਚ ਇੱਕ 6 ਸਾਲ ਦਾ ਬੱਚਾ ਅਤੇ ਤਿੰਨ ਮਹਿਲਾਵਾਂ ਸ਼ਾਮਲ ਨੇ ਇਹ ਸਾਰੇ ਜਣੇ ਕੋਠੇਆਲਾ ਪਿੰਡ ਦੇ ਰਹਿਣ ਵਾਲੇ ਸਨ ਜੋ ਕਿ ਆਪਣੀ ਰਿਸ਼ਤੇਦਾਰੀ ਵਿੱਚ ਕਿਸੇ ਲੋਹੜੀ ਸਮਾਗਮ ਵਿੱਚ ਸ਼ਾਮਲ ਹੋ ਕੇ ਪਰਤ ਰਹੇ ਸਨ ਇਸਦੇ ਨਾਲ ਹੀ ਖਬਰਾਂ ਦਾ ਆਇ ਬੁਲੇਟਿਨ ਖਤਮ ਹੋ ਗਿਆ ਦਿਓ ਆ ਗਿਆ ਨਮਸਕਾਰ